ਹੈਲੋ एवरीवन ਸਵਾਗਤ ਕਰਦਾ ਹਾਂ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਪੀਆ ਸਟੱਟ ਪੇਪਰ 1 ਐਂਡ 2 ਨੂੰ ਟਾਰਗੇਟ ਰੱਖਦੇ ਹੋਏ ਜੀਕੇ ਦੇ ਕੁਝ ਮਹੱਤਵਪੂਰਨ ਐਮਸੀਕਿਊਜ਼ ਕਵਰ ਕਰਾਂਗੇ ਹਾਂਜੀ ਇਹ ਸਾਰੇ ਹੀ ਐਮਸੀਕਿਊਜ਼ ਅਲੱਗ-ਅਲੱਗ ਕੰਪੀਟੀਟ ਐਗਜ਼ਾਮ ਚ ਪਹਿਲਾਂ ਵੀ ਬਹੁਤ ਹੀ ਵਾਰ ਰਿਪੀਟ ਵੀ ਹੋ ਚੁੱਕੇ ਹਨ ਸੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਸੋ ਰਿਕਵੈਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਅਤੇ ਐਂਡ ਤੱਕ ਜਰੂਰ ਦੇਖਣਾ ਹੈ ਇੱਕ ਇੱਕ ਕੁਸ਼ਨ एग्जाम ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੇਗਾ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਆਪਣੇ ਸਾਹਮਣੇ ਪਹਿਲਾ ਕੁਸ਼ਨ ਦਿੱਤਾ ਗਿਆ ਹੈ ਦੁਨੀਆਂ ਦਾ ਸਭ ਤੋਂ ਉੱਚਾ ਪਠਾਰ ਕਿਹੜਾ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਹਰੇਕ ਕੁਸ਼ਣ ਦਾ ਆਨਸਰ ਆਪਣੇ ਮਾਈਂਡ ਦੇ ਵਿੱਚ ਜਰੂਰ ਸੋਚਣਾ ਹੈ ਐਂਡ ਲਾਸਟ ਦੇ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਸ਼ਣ ਕੁਸ਼ਣਾਂ ਦੇ ਆਨਸਰ ਸਹੀ ਗਏ ਹਨ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਸੋ ਇਸ ਤਾ ਆਪਣੇ ਕੋਲ கரੈਕਟ ਆਨਸਰ ਆਵੇਗਾ ਆਪਸ਼ਨ ਨੰਬਰ A ਯਾਨੀ ਕਿ ਤਿੱਬਤ ਦਾ ਪਠਾਰ ਜੀ ਦੁਨੀਆ ਦਾ ਸਭ ਤੋਂ ਉੱਚਾ ਪਠਾਰ ਕਿਹੜਾ ਹੈ ਆਨਸਰ ਹੋ ਜਾਵੇਗਾ ਤਿੱਬਤ ਦਾ ਪਠਾਰ ਇਸ ਤਰ੍ਹਾਂ ਬਜਿਕਰ ਇਗਜ਼ਾਮ ਵਿੱਚ ਐਦਾਂ ਕੁਸ਼ਨ ਪੁੱਛ ਲਿਆ ਜਾਵੇ ਕਿ ਦੁਨੀਆ ਦੀ ਛੱਤ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਫਿਰ ਵੀ ਆਨਸਰ ਬਣੇਗਾ ਤਿੱਬਤ ਦਾ ਪਠਾਰ ਸੋ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਹਾਂਜੀ ਸੈਡਲ ਪੀਕ ਕਿੱਥੋਂ ਦੀ ਹੈ ਹਾਂਜੀ ਸੈਡਲ ਜਿਹੜੀ ਚੋਟੀ ਹੈ ਤਾਂ ਇਹ ਕਿੱਥੋਂ ਦੀ ਹੈ ਜੰਮੂ ਅਤੇ ਕਸ਼ਮੀਰ ਅੰਡੇਮਾਨ ਨਿਕੋਬਰ ਲਦਾਖ ਜਾਂ ਲਕਸ਼ਦੀਪ ਸੋ ਆਨਸਰ ਬਣੇਗਾ অপਸ਼ਨ ਨੰਬਰ B ਯਾਨੀ ਕਿ ਅੰਡੇਮਾਨ ਨੀਕੋਬਾਰ ਦੀਪ ਸਮੂਹਾਂਜੀ ਅੰਡੇਮਾਨ ਨੀਕੋਬਾਰ ਦੀਪ ਦੇ ਵਿੱਚ ਹੈ ਸੈਡਲ ਪੀਕ ਤੁਹਾਡੇ ਕੋਲ ਇਗਜ਼ਾਮ ਵਿੱਚ ਐਦਾਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਅੰਡੇਮਾਨ ਨੀਕੋਬਾਰ ਦੀਪ ਸਮੂਹ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਆਨਸਰ ਹੋ ਜਾਵੇਗਾ ਸੈਡਲ ਪੀਕ ਸੋ ਇਸ ਪੁਆਇੰਟ ਨੂੰ ਤੁਸੀਂ ਇਤਿਆਹਾ ਦੇ ਵਿੱਚ ਜ਼ਰੂਰ ਰੱਖਣਾ ਹੈ ਨੈਕਸਟ ਆਪਾਂ ਦੇਖਦੇ ਹਾਂ ਜੀ ਭਾਰਤ ਦੇ ਵਿੱਚ ਦੇਸ਼ ਦਾ ਜਿਹੜਾ ਕਮਾਂਡਰ ਹੈ ਉਹ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦਾ ਮੁੱਖ ਜੱਜ ਰਾਸ਼ਟਰਪਤੀ ਜਾਂ ਲੋਕ ਸਭਾ ਦਾ ਸਪੀਕਰ ਸੋ ਇਸ ਤ ਆਪਣੇ ਕੋਲ கரੈਕਟ ਆਨਸਰ ਬਣੇਗਾ অপਸ਼ਨ ਨੰਬਰ ਸੀ ਯਾਨੀ ਕਿ ਰਾਸ਼ਟਰਪਤੀ ਹਾਂਜੀ ਭਾਰਤ ਦੇ ਵਿੱਚ ਦੇਸ਼ ਦਾ ਕਮਾਂਡਰ ਹੁੰਦਾ ਹੈ ਰਾਸ਼ਟਰਪਤੀ ਇਸ ਤਰ੍ਹਾਂ ਵਾ ਰਾਸ਼ਟਰਪਤੀ ਨੂੰ ਭਾਰਤ ਦਾ ਪਹਿਲਾ ਨਾਗਰਿਕ ਵੀ ਕਿਹਾ ਜਾਂਦਾ ਹੈ ਸੋ ਇਸ ਪੁਆਇੰਟ ਨੂੰ ਵੀ ਤੁਸੀਂ ਇੱਥਾਂ ਦੇ ਵਿੱਚ ਰੱਖ ਸਕਦੇ ਹੋ ਐਗਜ਼ਾਮ ਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਆਨਸਰ ਹੋ ਜਾਵੇਗਾ ਰਾਸ਼ਟਰਪਤੀ ਇਸ ਤਰ੍ਹਾਂ ਵਾ ਜੇਕਰ ਐਦਾਂ ਕੁਐਸਚਨ ਪੁੱਛਿਆ ਜਾਵੇ ਕੀ ਭਾਰਤ ਰਾਜ ਦਾ ਮੁਖੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਫਿਰ ਵੀ ਆਨਸਰ ਬਣੇਗਾ ਰਾਸ਼ਟਰਪਤੀ ਜਿਕਰ ਵਾਸਤਵਿਕ ਮੁਖੀ ਪੁੱਛ ਲਿਆ ਜਾਵੇ ਤਾਂ ਫਿਰ ਆਨਸਰ ਬਣੇਗਾ ਪ੍ਰਧਾਨ ਮੰਤਰੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੁੰਦੀ ਹੈ ਆਨਸਰ ਹੋ ਜਾਵੇਗਾ 25 ਸਾਲ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਾ ਜਿਹੜਾ ਕਾਰਜਕਾਲ ਹੁੰਦਾ ਹੈ ਉਹ ਹੁੰਦਾ ਹੈ 5 ਸਾਲ ਦਾ ਐਂਡ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ ਰਾਸ਼ਟਰਪਤੀ ਦੁਆਰਾ ਇਸ ਤੋਂ ਇਲਾਵਾ ਜਿਹੜਾ ਸੁਪਰੀਮ ਕੋਰਟ ਦਾ ਮੁੱਖ ਜੱਜ ਹੁੰਦਾ ਹੈ ਜਾਂ ਅਦਰ ਜੱਜ ਹੁੰਦੇ ਹਨ ਤਾਂ ਉਹਨਾਂ ਦੀ ਨਿਯੁਕਤੀ ਵੀ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਹੈ ਤਾਂ ਉਹ ਇਸ ਤੀ ਨਿਯੁਕਤੀ ਜਿਹੜੀ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਲੋਕ ਸਭਾ ਦੇ ਮੈਂਬਰਾਂ ਦੁਆਰਾ ਸੋ ਇਹਨਾਂ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਰਾਸ਼ਟਰਪਤੀ ਆਪਾਂ ਪੋਸਟ ਲਈ ਹੈ ਇਹ ਲਈਆ ਅਮਰੀਕਾ ਦੇਸ਼ ਤੋਂ ਐਂਡ 52 ਜਿਹੜਾ ਆਰਟੀਕਲ ਹੈ ਇਸ ਸੰਬੰਧਤ ਹੈ ਰਾਸ਼ਟਰਪਤੀ ਦੀ ਪੋਸਟ ਦੇ ਨਾਲ ਨੈਕਸਟ ਆਪਾਂ ਮੂਵ ਕਰਦੇ ਹਾਂ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਖਰੀਫ ਦੀ ਫਸਲ ਨਹੀਂ ਹੈ ਗੰਨਾ ਜਵਾਰ ਬਾਜਰਾ ਜਾਂ ਜੋ ਹਾਂਜੀ ਇਸ ਤੇ ਆਪਣੇ ਕੋਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਡੀ ਯਾਨੀ ਕਿ ਜੋ ਹਾਂਜੀ ਜੋ ਜਿਹੜੀ ਫਸਲ ਹੈ ਤੁਹਾਨੂੰ ਪਤਾ ਹੋਵੇਗਾ ਇਹ ਰਬੀ ਦੀ ਫਸਲ ਹੈ ਬਾਕੀ ਸਾਰੀਆਂ ਹੀ ਖਰੀਫ ਦੀਆਂ ਫਸਲਾਂ ਹਨ ਗੰਨਾ ਹੋਗਾ ਗੰਨਾ ਹੋ ਗਿਆ ਜਵਾਰ ਹੋਗੀ ਇਸ ਤੋਂ ਲਵਾ ਬਾਜਰਾ ਹੋ ਗਿਆ ਇਹ ਸਾਰੀ ਆਪਣੇ ਕੋਲ ਖਰੀਫ ਦੀਆਂ ਫਸਲਾਂ ਹਨ ਡੀ ਆਪਣੇ ਕੋਲ ਕਰੈਕਟ ਆਨਸਰ ਬਣੇਗਾ ਇਹ ਵੀ ਕੁਐਸ਼ਨ ਬਹੁਤ ਵਾਰ ਐਗਜ਼ਾਮ 'ਚ ਰਿਪੀਟ ਹੋ ਚੁੱਕਿਆ ਹੈ ਨੈਕਸਟ ਆਪਾਂ ਕੁਝ ਹੋਰ ਮਹੱਤਵਪੂਰਨ ਪੁਆਇੰਟ ਦੇਖਦੇ ਹਾਂ ਜੀ ਹਾਰਦੀ ਦੀਆਂ ਫਸਲਾਂ ਕਿਹੜੀਆਂ ਹਨ ਜਿਵੇਂ ਕਿ ਕਣਕ ਹੋਗੀ ਜੋ ਛੋਲੇ ਤੇ ਸਰੋਂ ਇਸ ਤੋਂ ਇਲਾਵਾ ਹਾਰਦੀ ਦੀਆਂ ਫਸਲਾਂ ਦੀ ਜਿਹੜੀ ਬਿਜਾਈ ਆ ਇਹ ਕੀਤੀ ਜਾਂਦੀ ਹੈ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਇਸ ਤੋਂ ਇਲਾਵਾ ਨੈਕਸਟ ਆਪਾਂ ਜਿੱਕਰ ਗੱਲ ਕਰੀਏ ਜਾਇਦੀ ਦੀ ਫਸਲ ਜਿਹੜੀ ਹੈ ਤਾਂ ਇਹ ਹਨ ਖੀਰੇ ਸਬਜ਼ੀਆਂ ਤੋਰੀਆਂ ਕद्दू ਵੰਗੇ ਖੱਕੜੀਆਂ ਆਦੀ ਯਾਨੀ ਕਿ ਜਿੰਨੀਆਂ ਵੀ ਲਗਭਗ ਸਬਜ਼ੀਆਂ ਆਉਂਦੀਆਂ ਹਨ ਤਾਂ ਇਹ ਸਾਰੀਆਂ ਆਉਂਦੀਆਂ ਹਨ ਜਾਇਦ ਦੀਆਂ ਫਸਲਾਂ ਦੇ ਵਿੱਚ ਸੋ ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਇਸ ਤਰ੍ਹਾਂ ਆਪਣੇ ਕੋਲ ਨਗਦੀ ਫਸਲਾਂ ਵੀ ਪੁੱਛ ਲਈ ਜਾਂਦੇ ਹਨ ਨਗਦੀ ਫਸਲਾਂ ਕਿਹੜੀਆਂ ਹਨ ਜਿਵੇਂ ਕਿ ਤੰਬਾਕੂ ਹੋ ਗਿਆ ਜਾਂ ਗੰਨਾ ਹੋਗੀ ਇਹ ਕਪਾਹ ਹੋਗੀ ਤਾਂ ਇਹ ਆਪਣੇ ਕੋਲ ਸਾਰੀਆਂ ਹੀ ਨਗਦੀ ਫਸਲਾਂ ਹਨ ਨਗਦੀ ਫਸਲਾਂ ਦਾ ਮੀਨਿੰਗ ਹੀ ਹੁੰਦਾ ਕਿ ਆਪਾਂ ਵੇਚ ਕੇ ਉਹਨਾਂ ਨੂੰ ਨਗਦ ਪੈਸੇ ਵਟ ਸਕਦੇ ਹਾਂ ਤਾਂ ਉਹਨਾਂ ਨੂੰ ਕਹਾ ਜਾਂਦਾ ਨਗਦੀ ਫਸਲਾਂ ਨੈਕਸਟ ਆਪਾਂ ਦੇਖਦੇ ਹਾਂ ਜੀ ਜੇਕਰ ਵੀਡੀਓ ਹੈਲਪਫੁਲ ਲੱਗ ਰਹੀ ਤਾਂ ਪਲੀਜ਼ ਇਸ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਐਂਡ ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲਾਂ ਵੀ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਪ੍ਰੈਸ ਕਰ ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਪੇ ਫਸਲ ਹੈ ਚਾਹ ਕੌਫੀ ਉਪਰੋਕਤ ਦੋਨੋਂ ਜਾਂ ਤਣਕ ਸੋ ਇਸ ਤ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਉਪਰੋਕਤ ਦੋਨੋਂ ਯਾਨੀ ਕਿ ਚਾਹ ਅਤੇ ਕੌਫੀ ਇਹ ਦੋਨੋਂ ਹੀ ਆਪਣੇ ਕੋਲ ਪੇ ਫਸਲ ਹਨ ਸੀ ਆਪਣੇ ਕੋਲ கரੈਕਟ ਆਨਸਰ ਬਣੇਗਾ ਇਸ ਤਰ੍ਹਾਂ ਚਾਹ ਦੀ ਪੈਦਾਵਾਰ ਵਿੱਚ ਭਾਰਤ ਦਾ ਕਿਹੜਾ ਰਾਜ ਮੋਰੀਆ ਆਨਸਰ ਹੋ ਜਾਵੇਗਾ ਅਸਾਮ ਅਸਾਮ ਜਾਂ ਆਸਾਮ ਇਹ ਭਾਰਤ ਦਾ ਮੋਰੀ ਰਾਜਾ ਚਾਹ ਦੀ ਪੈਦਾਵਾਰ ਦੇ ਵਿੱਚ ਇਸ ਤਰ੍ਹਾਂ ਜੇਕਰ ਕੌਫੀ ਬਾਰੇ ਪੁੱਛ ਲਿਆ ਜਾਵੇ ਤਾਂ ਆਨਸਰ ਹੋ ਜਾਵੇਗਾ ਕਰਨਾਟਕ ਹਾਂਜੀ ਕਰਨਾਟਕਾ ਰਾਜ ਮੋਰੀਆ ਕਾਫੀ ਦੀ ਪੈਦਾਵਾਰ ਦੇ ਵਿੱਚ ਨੈਕਸਟ ਆਪਾਂ ਮੂਵ ਕਰਦੇ ਹਾਂਜੀ ਅੰਤਰਰਾਸ਼ਟਰੀ ਅਦਾਲਤ ਕਿਹੜੇ ਦੇਸ਼ ਦੇ ਵਿੱਚ ਹੈ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਉੱਤਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਨੀਦਰਲੈਂਡ ਹਾਂਜੀ ਨੀਦਰਲੈਂਡ ਦਾ ਇੱਕ ਸ਼ਹਿਰ ਹੈ ਹੇਗ ਤਾਂ ਇੱਥੇ ਹੈ ਅੰਤਰਰਾਸ਼ਟਰੀ ਅਦਾਲਤ ਇਸ ਪੁਆਇੰਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਹ ਵੀ ਆਪਣੇ ਕੋਲ ਕੁਸ਼ਨ ਬਣ ਸਕਦਾ ਹੈ ਐਗਜ਼ਾਮ ਦੇ ਵਿੱਚ ਰੇਸ਼ਮ ਦੇ ਉਤਪਾਦਕ ਵਿੱਚ ਸਭ ਤੋਂ ਮੋਹਰੀ ਰਾਜ ਕਿਹੜਾ ਹੈ ਸੋ ਇੱਥੇ ਆਪਣੇ ਕੋਲ ਗੱਲ ਕੀਤੀ ਗਈ ਹੈ ਰੇਸ਼ਮ ਦੀ ਤਾਂ ਆਪਾਂ ਆਂਸਰ ਦੇਖ ਲੈਂਦੇ ਆ ਇਹ ਆਪਣੇ ਕੋਲ கரੈਕਟ ਆਂਸਰ ਬਣੇਗਾ ਕਰਨਾਟਕਾ ਹਾਂਜੀ ਰੇਸ਼ਮ ਦੇ ਉਤਪਾਦਨ ਵਿੱਚ ਸਭ ਤੋਂ ਮੋਰੀ ਰਾਜ ਕਿਹੜਾ ਹੈ ਭਾਰਤ ਦਾ ਆਂਸਰ ਹੋ ਜਾਵੇਗਾ ਕਰਨਾਟਕਾ ਇਸ ਤਰ੍ਹਾਂ ਬਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਣਕ ਦੀ ਪੈਦਾਵਾਰ ਦੇ ਵਿੱਚ ਸਭ ਤੋਂ ਮੋਰੀ ਰਾਜ ਉੱਤਰ ਪ੍ਰਦੇਸ਼ ਐਡ ਸੋਇਆਬੀਨ ਦੀ ਜਿਹੜੀ ਪੈਦਾਵਾਰ ਹੈ ਤਾਂ ਉਹ ਵੀ ਸਭ ਤੋਂ ਵੱਧ ਕਿੱਥੇ ਹੁੰਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਗੰਨੇ ਦੀ ਪੈਦਾਵਾਰ ਵੀ ਸਭ ਤੋਂ ਵੱਧ ਹੁੰਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਬਾ ਜਿਹੜੇ ਮਸਾਲੇ ਜ਼ਿਆਦਾ ਮਸਾਲਿਆਂ ਦੀ ਜਿਹੜੀ ਪੈਦਾਵਾਰ ਹੁੰਦੀ ਉਹ ਹੁੰਦੀ ਹੈ ਕੇਰਲ ਦੇ ਵਿੱਚ ਜਿਵੇਂ ਕਿ ਇਲਾਚੀ ਹੋਗੀ ਕਾਲੀ ਮਿਰਚ ਹੋਗੀ ਇਹ ਸਾਰੇ ਆਪਾਂ ਨੂੰ ਕੇਰਲ ਦੇ ਵਿੱਚ ਮਿਲਦੀ ਆਣ। ਨੈਕਸਟ ਆਪਾਂ ਦੇਖਦੇ ਹਾਂ ਜੀ ਹਰੀਜਨ ਸੰਗ ਦੀ ਸਥਾਪਨਾ ਕਿਸ ਨੇ ਕੀਤੀ ਸੀ? ਸੋ ਇਸ ਸਟਾਪ ਨੇ ਕੋਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਸੀ ਯਾਨੀ ਕਿ ਮਹਾਤਮਾ ਗਾਂਧੀ ਹਾਂ ਜੀ ਮਹਾਤਮਾ ਗਾਂਧੀ ਨੇ ਹਰੀਜਨ ਸੰਗ ਦੀ ਸਥਾਪਨਾ ਕੀਤੀ ਸੀ ਸੀ ਆਪਣੇ ਕੋਲ கரੈਕਟ ਆਨਸਰ ਬਣੇਗਾ। ਨੈਕਸਟ ਹੀਰਾਕੁੰਡ ਡੈਮ ਕਿਹੜੇ ਰਾਜ ਦੇ ਵਿੱਚ ਪੈਂਦਾ ਹੈ? हां जी हीराकुंड ਜਿਹੜਾ ਡੈਮ ਹੈ ਇਹ ਪੈਂਦਾ ਹੈ ਉੜੀਸਾ ਦੇ ਵਿੱਚ ḍi ਆਪਣੇ ਕੋਲ ਕਰਾ ਟ੍ਰਾਂਸਫਰ ਬਣੇਗਾ ਉੜੀਸਾ ਇਹ ਵੀ ਕੁਐਸਚਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੇਗਾ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਨੈਕਸਟ ਆਪਾਂ ਦੇਖਦੇ ਹਾਂ ਜੀ ਉਤਰੀ ਧਰੂਵ ਤੇ ਦੱਖਣੀ ਧਰੂਵ ਨੂੰ ਮਲਾਉਣ ਵਾਲੀ ਰੇਖਾ ਨੂੰ ਕੀ ਕਿਹਾ ਜਾਂਦਾ ਹੈ ਦੇਸ਼ਾਂਤਰ ਅਕਸ਼ਾਂਸ਼ ਅੰਤਰਰਾਸ਼ਟਰੀ ਰੇਖਾ ਜਾਂ ਗ੍ਰੀਨ ਵਿੱਚ ਰੇਖਾ ਸੋ ਇਸ ਤਾਂ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਦਸ਼ਾਂਤਰ ਹਾਂਜੀ ਉਤਰੀ ਤ੍ਰੂਵ ਅਤੇ ਦੱਖਣੀ ਤ੍ਰੂਵ ਨੂੰ ਮਲਾਉਣ ਵਾਲੀ ਜਿਹੜੀ ਰੇਖਾ ਹੁੰਦੀ ਆ ਤਾਂ ਉਸ ਨੂੰ ਕਿਹਾ ਜਾਂਦਾ ਹੈ ਦਸ਼ਾਂਤਰ ਇਹ ਆਪਣੇ ਕੋਲ கரੈਕਟ ਆਨਸਰ ਬਣੇਗਾ ਨੈਕਸਟ ਉਤਰੀ ਤ੍ਰੂਵ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ ਰਾਬਰਟ ਪੀਰੇ ਐਡਸਨ ਕੋਪਰਨਿਕਸ ਜਾਂ ਰੋਵਾਲਡ ਤਾਂ ਆਪਾਂ ਇਸ ਆਨਸਰ ਦੇਖਦੇ ਆ ਇਹ ਆਪਣੇ ਕੋਲ கரੈਕਟ ਆਨਸਰ ਬਣੇਗਾ ਰਾਬਰਟ ਪੀਰੇ ਹਾਂਜੀ ਉਤਰੀ ਜਿਹੜਾ ਤ੍ਰੂਵ ਹੈ ਤਾਂ ਇਸ ਦੀ ਖੋਜ ਕੀਤੀ ਗਈ ਸੀਗੀ ਸੌਰੀ ਰੌਬਰਟ ਪੀਰੇ ਦੁਆਰਾ ਇਹ ਆਪਣੇ ਕੋਲ கரਕਟ ਆਨਸਰ ਬਣੇਗਾ ਇਸ ਤੋਂ ਇਲਾਵਾ ਜਿਹੜਾ ਦਖਣੀ ਤਰੂ ਹੈ ਤਾਂ ਇਸ ਦੀ ਖੋਜ ਕੀਤੀ ਗਈ ਸੀਗੀ ਰਵਾਲਡ ਐਮੈਡਸਨ ਨੇ ਨੈਕਸਟ 8 ਲਿਖਿਆਂ ਵਿੱਚੋਂ ਕਿਹੜਾ ਗ੍ਰਹਿ ਪੀਲੇ ਤਾਰੇ ਵਾਂਗ ਨਜ਼ਰ ਆਉਂਦਾ ਹੈ ਸ਼ਨੀ ਬਰਨੁ ਬ੍ਰਹਸਪਤੀ ਜਾਂ ਸ਼ੁਕਰ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਬ੍ਰਹਸਪਤੀ ਹਾਂਜੀ ਇਹਨਾਂ ਵਿੱਚੋਂ ਕਿਹੜਾ ਗ੍ਰਹਿ ਪੀਲੇ ਤਾਰੇ ਵਾਂਗ ਨਜ਼ਰ ਆਉਂਦਾ ਹੈ ਆਨਸਰ ਹੋ ਜਾਵੇਗਾ ਬ੍ਰਹਸਪਤੀ ਗ੍ਰਹਿ ਇਸ ਤਰ੍ਹਾਂ ਬਾਅਦ ਜੇਕਰ ਤੁਹਾਡੇ ਕੋਲ ਇਗਜ਼ਾਮ 'ਚ ਐਦਾਂ ਪ੍ਰਸ਼ਨ ਪੁੱਛ ਲਿਆ ਜਾਵੇ ਕਿ ਬ੍ਰਹਿਮੰਡ ਦਾ ਸਭ ਤੋਂ ਵੱਡਾ ਅਤੇ ਪਾਰੀ ਗ੍ਰਹਿ ਕਿਹੜਾ ਹੈ ਤਾਂ ਆਨਸਰ ਹੋ ਜਾਵੇਗਾ ਬ੍ਰਹਸਪਤੀ ਗ੍ਰਹਿ ਇਹ ਬ੍ਰਹਿਮੰਡ ਦਾ ਸਭ ਤੋਂ ਵੱਡਾ ਅਤੇ ਪਾਰੀ ਗ੍ਰਹਿ ਹੈ ਨੈਕਸਟ ਆਪਾਂ ਦੇਖ ਲੈਂਦਾ ਹਾਂ ਜੀ ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ ਬਹੁਤ ਹੀ ਸਿੰਪਲ ਕੁਐਸਚਨ ਹੈ ਇਸ ਨੂੰ ਤੋਂ ਤੁਸੀਂ ਈਜ਼ੀਲੀ ਯਾਦ ਰੱਖ ਸਕਦੇ ਹੋ ਸੋ ਇਸ ਦਾ ਆਪਣੇ ਕੋਲ ਸਹੀ ਆਨਸਰ ਆਵੇਗਾ অপਸ਼ਨ ਨੰਬਰ B ਯਾਨੀ ਕਿ ਗੁਲਾਬ ਸੌਰੀ D ਆਪਣੇ ਕੋਲ ਆਨਸਰ ਆਵੇਗਾ ਕਮਲ ਦਾ ਫੁੱਲ ਹਾਂਜੀ ਪਾਰ ਦਾ ਰਾਸ਼ਟਰੀ ਫੁੱਲ ਕਿਹੜਾ ਹੈ ਕਮਲ ਦਾ ਫੁੱਲ D ਆਪਣੇ ਕੋਲ கரੈਕਟ ਆਨਸਰ ਬਣੇਗਾ ਨੈਕਸਟ ਆਪਾਂ ਦੇਖਦੇ ਆ ਕੁਝ ਹੋਰ ਮਹੱਤਵਪੂਰਨ ਪੁਆਇੰਟ ਹਾਂਜੀ ਪਾਰ ਦੀ ਰਾਸ਼ਟਰੀ ਜਿਹੜੀ ਲਿਪੀ ਹੈ ਉਹ ਕਿਹੜੀ ਆ ਦੇਵਨਾਗਰੀ ਲਿਪੀ ਜੋ ਕਿ ਹਿੰਦੀ ਦੀ ਲਿਪੀ ਮੰਨੀ ਜਾਂਦੀ ਹੈ ਇਸ ਤਰ੍ਹਾਂ ਵਾ ਰਾਸ਼ਟਰੀ ਚਿੰਨ ਕਿਹੜਾ ਹੈ ਅਸ਼ੋਕ ਚੱਕਰ ਰਾਸ਼ਟਰੀ ਗੀਤ ਕਿਹੜਾ ਹੈ ਬੰਦੇ ਮਾਤਰਮ ਜੋ ਕਿ ਬੈਕਮ ਚੰਦਰ ਚਾਟਰਜੀ ਦੀ ਰਚਨਾ ਹੈ ਰਾਸ਼ਟਰੀ ਗਾਣ ਕਿਹੜਾ ਹੈ ਜਨ ਗਨ ਮਨ ਜੋ ਕਿ ਰビन्द्रनाथ ਟੈਗੋਰ ਦੀ ਰਚਨਾ ਹੈ ਇਸ ਤਰ੍ਹਾਂ ਵਾ ਰਾਸ਼ਟਰੀ ਦਰਖਤ ਕਿਹੜਾ ਹੈ ਤਾਂ ਆਸਰ ਹੋ ਜਾਵੇਗਾ ਬੋੜ ਇਸ ਤਰ੍ਹਾਂ ਵਾ ਤੁਹਾਨੂੰ ਪੰਜਾਬ ਦਾ ਵੀ ਪਤਾ ਹੋਣਾ ਹੈ ਜੇ ਇੱਕ ਪੰਜਾਬ ਦਾ ਰਾਸ਼ਟਰੀ ਰੁੱਖ ਕਿਹੜਾ ਹੈ ਤਾਂ ਆਸਰ ਹੋ ਜਾਵੇਗਾ ਟਾਲੀ ਜਾਂ ਸ਼ੀਸ਼ਮ ਰਾਸ਼ਟਰੀ ਨਦੀ ਕਿਹੜੀ ਹੈ ਗੰਗਾ ਪਾਰ ਦੀ ਸਭ ਤੋਂ ਲੰਬੀ ਨਦੀ ਤਾ ਫਿਰ ਵੀ ਆਂਸਰ ਹੋ ਜਾਵੇਗਾ ਨੰਦਾ ਐਂਡ ਇਸਤੀ ਜਿਹੜੀ ਲੰਬਾਈ ਹੈ ਉਹ ਕਿੰਨੀ ਹੈ 2525 ਕਿਲੋਮੀਟਰ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਰਾਸ਼ਟਰੀ ਜਲਜੀਵ ਕਿਹੜਾ ਹੈ ਡਾਲਫਿਨ ਰਾਸ਼ਟਰੀ ਮੰਤਰ ਕਿਹੜਾ ਹੈ ਓਮ ਰਾਸ਼ਟਰੀ ਜਾਨਵਰ ਕਿਹੜਾ ਹੈ ਬਾਗ ਰਾਸ਼ਟਰੀ ਫਲ ਕਿਹੜਾ ਹੈ ਅੰਬ ਰਾਸ਼ਟਰੀ ਵਿਰਾਸਤੀ ਵਿਰਾਸਤ ਸੌਰੀ विरासत दी पशु ਕਿਹੜਾ ਹੈ ਤਾਂ ਅਨਸਰ ਹੋ ਜਾਵੇਗਾ ਹਾਥੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਹਿੰਦੀ ਰਾਸ਼ਟਰੀ ਖੇਡ ਕਿਹੜੀ ਹੈ ہاکی ਐਂਡ ਰਾਸ਼ਟਰੀ ਆਮ ਬਪੜੇ ਕੋਲੋਂ ਫਲ ਵੈਸੇ ਤਾਂ ਪਾਰ ਦੀ ਰਾਸ਼ਟਰੀ ਖੇਡ ਕੋਈ ਵੀ ਨਹੀਂ ਹੈ ਬਟ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਆਪਣੇ ਕੋਲ ਮਹੱਤਵਪੂਰਨ ਰਹੇਗਾ ਰਾਸ਼ਟਰੀ ਖੇਡਾ ہاکی ਯਾਨੀ ਕਿ ਜੇਕਰ ਇਗਜ਼ਾਮ 'ਚ ਕੁਸ਼ਣ ਬਣ ਜਾਵੇ ਕਿ ਪਾਰ ਦੀ ਰਾਸ਼ਟਰੀ ਖੇਡ ਕਿਹੜੀ ਹੈ ਤਾਂ ਅਨਸਰ ਹੋ ਜਾਵੇਗਾ ہاکی ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਮিনার ਦੀ ਖਾੜੀ ਕਿਸ ਨੂੰ ਜੋੜਦੀ ਹੈ ਸੋ ਇਸ ਤੋਂ ਆਪਣੇ ਕੋਲ ਸਹੀ ਆਨਸਰ ਬਣੇਗਾ অপশন নাম্বার বি মানে কি ভারত ਤੇ শ্রীলঙ্কা हां की जी মিনਾਰ ਦੀ ਜਿਹੜੀ ਖਾੜੀ ਆ ਇਹ ਜੋੜਦੀ ਆ ਭਾਰਤ ਅਤੇ শ্রীলঙ্কা ਨੂੰ বি ਆਪਣੇ ਕੋਲ கரெক্ট ਆਂਸਰ ਬਣੇਗਾ ਭਾਰਤ ਦਾ ਨੀਲਾ ਅਸ਼ਰ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸੋ ਇਸ ਤਾਂ ਆਪਣੇ ਕੋਲ ਸਹੀ ਆਂਸਰ ਬਣੇਗਾ অপশন ਨੰਬਰ এ মানে কি ਜੋਧਪੁਰ हां जी ਜਿਹੜਾ ਜੋਧਪੁਰ ਆ ਤਾਂ ਇਸ ਨੂੰ ਭਾਰਤ ਦਾ ਨੀਲਾ ਅਸ਼ਰ ਵੀ ਕਿਹਾ ਜਾਂਦਾ ਹੈ ਇਹ ਪੈਂਦਾ ਰਾਜਸਥਾਨ ਦੇ ਵਿੱਚ ਜੈਪੁਰ ਨੂੰ ਪਾਰ ਦੀ ਪਿੰਕ ਸਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਯਾਨੀ ਕਿ ਗੁਲਾਬੀ ਸਿਟੀ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਨਵਾਬਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਲਖਨਊ ਨੂੰ ਜੋ ਕਿ ਗੋਮਤੀ ਨਦੀ ਦੇ ਕਿਨਾਰੇ ਸਥਿਤ ਹੈ ਐਂਡ ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਲਖਨਊ ਡੈਸਕ ਟਾਪਾ ਮੂਵ ਕਰਦੇ ਹਾਂ ਜੀ ਕਾਣਾ ਜਿਹੜਾ ਰਾਸ਼ਟਰੀ ਪਾਰਕ ਹੈ ਇਹ ਕਿੱਥੇ ਪੈਂਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਕੇਰਲਾ ਜਾਂ ਉੱਤਰਾਖੰਡ ਸੋ ਇਸ ਤ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਮੱਧ ਪ੍ਰਦੇਸ਼ਾਂ ਜੀ ਕਾਣਾ ਨਾਮ ਦਾ ਜਿਹੜਾ ਰਾਸ਼ਟਰੀ ਪਾਰਕ ਹੈ ਇਹ ਪੈਂਦਾ ਹੈ ਮੱਧ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਉਹ ਉੱਤਰ ਪ੍ਰਦੇਸ਼ ਦਾ ਇੱਕ ਬਹੁਤ ਹੀ ਫੇਮਸ ਪਾਰਕ ਹੈ ਜਿਸ ਤਰ੍ਹਾਂ ਮੈਂ ਦੂਦਵਾ ਦੂਦਵਾ ਸੋ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਦੂਦਵਾ ਜਿਹੜਾ ਰਾਸ਼ੀਪਾਰਕ ਹੈ ਇਹ ਕਿੱਥੇ ਪੈਂਦਾ ਹੈ ਇਹ ਪੈਂਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚੋਂ ਨੈਕਸਟ ਪੀਲੀ ਕ੍ਰਾਂਤੀ ਦਾ ਸਬੰਧ ਕਿਹੜੀ ਫਸਲ ਨਾਲ ਸੀਗਾ ਕਣਕ ਮੱਕੀ ਤਿਲਹਣ ਜਾਂ ਸਾਰੇ ਸੋ ਇਸ ਤ ਆਪਣੇ ਕੋਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਸੀ ਯਾਨੀ ਕਿ ਤਿਲਹਣ ਹਾਂਜੀ ਤਿਲਹਣ ਦੀ ਪੈਦਾਵਾਰ ਦੇਸ ਬੰਧਨ ਨਾਲ ਹੈ ਪੀਲੀ ਕ੍ਰਾਂਤੀ ਸੀ ਆਪਣੇ ਕੋਲ ਕਰੈਕਟ ਆਨਸਰ ਬਣੇਗਾ ਇਸ ਤੋਂ ਇਲਾਵਾ ਕਣਕ ਦੀ ਪੈਦਾਵਾਰ ਨਾਲ ਸੰਬੰਧ ਸਿਗੀ ਹਰੀ ਕ੍ਰਾਂਤੀ ਕਣਕ ਅਤੇ ਚੌਨੇ ਦੀ ਪੈਦਾਵਾਰ ਦੇ ਨਾਲ ਇਸ ਤੋਂ ਇਲਾਵਾ ਇਗਜ਼ਾਮ ਚ ਇੱਕ ਹੋਰ ਪ੍ਰਸ਼ਨ ਬਣ ਜਾਂਦਾ ਹੈ ਕਿ ਜਿਹੜੀ ਹਰੀ ਕ੍ਰਾਂਤੀ ਸੀਗੀ ਤਾਂ ਇਸ ਤੇ ਲਈ ਕਿਹੜੀ ਫਸਲ ਪ੍ਰਮੁੱਖ ਮੰਨੀ ਗਈ ਸੀ ਜਾਂ ਕਿਹੜੀ ਫਸਲ ਨੂੰ ਚੁਣਿਆ ਗਿਆ ਸੀਗਾ ਸੋ ਆਨਸਰ ਬਣੇਗਾ ਕਣਕ ਕਣਕ ਆਪਣੇ ਕੋਲ ਫਸਟ ਨੰਬਰ ਤੇ ਆਵੇਗੀ ਆੜਾ ਜਿਹੜਾ ਚੌਨਾ ਹੈ ਉਹ ਸੈਕਿੰਡ ਨੰਬਰ ਤੇ ਆਵੇਗਾ ਨੈਕਸਟ ਕੁਝ ਹੋਰ ਮਹੱਤਵਪੂਰਨ ਪੁਆਇੰਟ ਦੇਖਦੇ ਹਾਂ ਹਾਂਜੀ ਹਰੀ ਕ੍ਰਾਂਤੀ ਸਬੰਧ ਸਿਗੀ ਕਣਕ ਅਤੇ ਚੌਨੇ ਦੇ ਨਾਲ ਐਂਡ ਹਰੀ ਕ੍ਰਾਂਤੀ ਆਈ ਸੀਗੀ ਆਪਣੇ ਪੰਜਾਬ ਦੇ ਵਿੱਚ 1965-66 ਦੇ ਵਿੱਚ ਹਾਂਜੀ ਕਦੋਂ ਆਈ ਸੀ 1965-66 ਈਸਵੀ ਦੇ ਵਿੱਚ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਸ ਤੋਂ ਇਲਾਵਾ ਜਿਹੜੀ ਨੀਲੀ ਕ੍ਰਾਂਤੀ ਹੈ ਤਾਂ ਇਹ ਸਬੰਧ ਸਿਗੀ ਮੱਛੀ ਪਾਲਣ ਦੇ ਨਾਲ ਸਫੇਦ ਕ੍ਰਾਂਤੀ ਯਾਨੀ ਕਿ ਚਿੱਟੀ ਜਿਹੜੀ ਕ੍ਰਾਂਤੀ ਹੈ ਇਹ ਸਬੰਧਤ ਹੈ ਆਪਣੇ ਕੋਲੋਂ ਦੁੱਧ ਉਤਪਾਦਨ ਦੇ ਨਾਲ ਇਸ ਤਰ੍ਹਾਂ ਜਿਹੜੀ ਸਦਾਬਹਾਰ ਕ੍ਰਾਂਤੀ ਹੈ ਇਹ ਸਬੰਧਤ ਹੈ ਸਾਰੀਆਂ ਫਸਲ ਦੇ ਉਤਪਾਦਨ ਵਿੱਚ ਵਾਧੇ ਦੇ ਨਾਲ ਸੋ ਇਸ ਪੁਆਇੰਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਹਾਂਜੀ ਨੈਕਸਟ ਆਪਾਂ ਮੂਵ ਕਰਦੇ ਹਾਂ ਮਾਂ ਭਾਰਤ ਦਾ ਫਾਰਸੀ ਦੇ ਵਿੱਚ ਅਨੁਵਾਦ ਕਿਸ ਨੇ ਕਰਵਾਇਆ ਸੀਗਾ ਅਕਬਰ ਬੀਰਬਲ ਹਮਾਇੂ ਜਾਂ ਔਰੰਗਜ਼ੇਬ ਸੋ ਇਸ ਤੋਂ ਆਪਣੇ ਕੋਲ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਅਕਬਰ ਹਾਂਜੀ ਮਾਂ ਭਾਰਤ ਜਿਹੜਾ ਸੀਗਾ ਤਾਂ ਇਸ ਦਾ ਫਾਰਸੀ ਦੇ ਵਿੱਚ ਅਨੁਵਾਦ ਕਰਵਾਇਆ ਸੀਗਾ ਅਕਬਰ ਨੇ ਇਹ ਆਪਣੇ ਕੋਲ ਕਰੈਕਟ ਆਨਸਰ ਬਣੇਗਾ ਨੈਕਸਟ ਭਾਰਤ ਦੇ ਵਿੱਚ ਸਥਾਈ ਬੰਦੋਬਸਤ ਦਾ ਜਨਕ ਕੇਸ ਨੂੰ ਮੰਨਿਆ ਜਾਂਦਾ ਹੈ ਸੋ ਇੱਥੇ ਗੱਲ ਕੀਤੀ ਗਈ ਹੈ ਸਥਾਈ ਬੰਦੋਬਸਤ ਦੀ ਸੋ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਯਾਨੀ ਕਿ ਲਾਰਡ ਡਲਹੌਜੀ ਹਾਂਜੀ ਲਾਰਡ ਡਲਹੌਜੀ ਨੂੰ ਭਾਰਤ ਦੇ ਵਿੱਚ ਸਥਾਈ ਬੰਦੋਬਸਤ ਦਾ ਜਨਕ ਮੰਨਿਆ ਜਾਂਦਾ ਹੈ ਇਹ ਕੁਐਸ਼ਨ ਬਹੁਤ ਹੀ ਵਾਰ ਐਗਜ਼ਾਮ ਚ ਰਿਪੀਟ ਹੁੰਦਾ ਹੈ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਜਰੂਰ ਰੱਖਣਾ ਹੈ ਨੈਕਸਟ ਆਪਾਂ ਦੇਖਦੇ ਹਾਂ ਜੀ ਚਰਿਆ ਦੀਆਂ ਜਿਹੜੀਆਂ ਖਾਨਾ ਹਨ ਇਹ ਕਿਸ ਦੇ ਲਈ ਪ੍ਰਸਿੱਧ ਹਨ ਸੋ ਇਸ ਤੇ ਆਪਣੇ ਕੋਲ கரੈਕਟ ਆਨਸਰ ਬਣੇਗਾ অপਸ਼ਨ ਨੰਬਰ B ਯਾਨੀ ਕਿ ਕੋਲਾ ਹਾਂਜੀ ਕੋਲੇ ਦੇ ਲਈ ਪ੍ਰਸਿੱਧ ਹਨ ਚਰੀਆਂ ਦੀਆਂ ਖਾਣਾ B ਆਪਣੇ ਕੋਲ கரੈਕਟ ਆਨਸਰ ਬਣੇਗਾ ਨੈਕਸਟ ਭਾਰਤ ਦੇ ਕਿਹੜੇ ਰਾਸ਼ਟਰੀ ਪਾਰਕ ਦੇ ਵਿੱਚ ਏਸ਼ੀਆਈ ਸ਼ੇਰ ਮਿਲਦੇ ਹਨ ਸੋ ਕੁਐਸਚਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਬਹੁਤ ਵਾਰ ਐਗਜ਼ਾਮ ਚ ਰਿਪੀਟ ਵੀ ਹੋ ਚੁੱਕਿਆ ਹੈ ਸੋ ਆਨਸਰ ਬਣੇਗਾ অপਸ਼ਨ ਨੰਬਰ A ਯਾਨੀ ਕਿ ਗਿਰ ਹਾਂਜੀ ਗਿਰ ਜਿਹੜਾ ਰਾਸ਼ਟਰੀ ਪਾਰਕ ਹੈ ਤਾਂ ਇੱਥੇ ਮਿਲਦੇ ਹਨ ਏਸ਼ੀਆਈ ਸ਼ੇਰ ਇਸ ਤਰ੍ਹਾਂਾ ਜਿਹੜਾ ਗਿਰ ਰਾਸ਼ਟਰੀ ਪਾਰਕ ਹੈ ਇਹ ਕਿੱਥੇ ਪੈਂਦਾ ਹੈ ਪੈਂਦਾ ਗੁਜਰਾਤ ਦੇ ਵਿੱਚ ਸੋ ਰਾਜਨ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਹ ਵੀ ਆਪਣੇ ਕੋਲ ਇਗਜ਼ਾਮ ਵਿੱਚ ਕੁਸ਼ਣ ਪੁੱਛਿਆ ਜਾ ਸਕਦਾ ਹੈ ਇਸ ਤਰ੍ਹਾਂ ਇੱਕ ਹੋਰ ਵੈਸੇ ਤਾਂ ਫੇਮਸ ਆਪਣੇ ਕੋਲ ਪਾਰਕ ਹੈ ਕਾਜ਼ੀ ਰੰਗਾ ਰਾਸ਼ਟਰੀ ਪਾਰਕ ਕਾਜ਼ੀ ਰੰਗਾ ਜਿਹੜਾ ਰਾਸ਼ਟਰੀ ਪਾਰਕ ਹੈ ਇਹ ਇੱਕ ਸਿੰਘ ਵਾਲੇ ਗੈਂਡੇ ਦੇ ਲਈ ਪ੍ਰਸਿੱਧ ਹੈ ਇਹ ਪੈਂਦਾ ਹੈ ਅਸਾਮ ਦੇ ਵਿੱਚ ਸ਼ਹਿਆਦ ਦੀਆਂ ਜਿਹੜੀਆਂ ਮੱਖੀਆਂ ਹੁੰਦੀਆਂ ਹਨ ਤਾਂ ਉਹਨਾਂ ਨੂੰ ਪਾਲਣਾ ਕੀ ਅਖਵਾਉਂਦਾ ਹੈ ਵੀਟੀ ਕਲਚਰ ਐਪੀ ਕਲਚਰ ਪੀਸੀ ਕਲਚਰ ਜਾਂ ਅਲੋਰੀ ਕਲਚਰ ਸੋ ਇਸ ਤਾ ਆਪਣੇ ਕੋਲ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨਕਿ ਐਪੀ ਕਲਚਰ ਹਾਂਜੀ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣਾ ਕੀ ਅਖਵਾਉਂਦਾ ਹੈ ਐਪੀਕਲਚਰ ਵੀ ਆਪਣੇ ਕੋਲ கரੈਕਟ ਆਨਸਰ ਬਣੇਗਾ ਇਸ ਤਰ੍ਹਾਂ ਵਾ ਅੰਗੂਰਾਂ ਦੀ ਪੈਦਾਵਾਰ ਕਰਨਾ ਤਾਂ ਆਨਸਰ ਹੋ ਜਾਵੇਗਾ ਵਿਟਿਕਲਚਰ ਮਛੀਆਂ ਪਾਲਣਾ ਤਾਂ ਪੀਸੀ ਕਲਚਰ ਹੋਵੇਗਾ ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਨੈਕਸਟ ਭਾਰਤ ਦਾ ਪ੍ਰਵੇਸ਼ ਦੁਆਰ ਕਿਹੜੀ ਬੰਦਰਗਾਹ ਨੂੰ ਕਿਹਾ ਜਾਂਦਾ ਹੈ ਹਾਂਜੀ ਇਸਤ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਬੰਬਈ ਮੁੰਬਈ ਜਾਂ ਮੁੰਬਈ ਇਸ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ ਇਸ ਪੁਆਇੰਟ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਬੀ ਆਪਣੇ ਕੋਲ ਕਰੈਕਟ ਆਨਸਰ ਬਣੇਗਾ ਭਾਰਤ ਦੇ ਕਿਹੜੇ ਸ਼ਹਿਰ ਨੂੰ ਸੱਤ ਟਾਪੂਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਕੋਲਕਾਤਾ ਚਨਈ ਮੁੰਬਈ ਜਾਂ ਦਿੱਲੀ ਹਾਂਜੀ ਇਸਤ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਮੁੰਬਈ ਹਾਂਜੀ ਜਿਹੜਾ ਮੁੰਬਈ ਸ਼ਹਿਰ ਹੈ ਤਾਂ ਇਸ ਨੂੰ ਭਾਰਤ ਦੀ ਆਪਣੇ ਕੋਲ ਆਰਥਿਕ ਰਾਜਧਾਨੀ ਵੀ ਕਿਹਾ ਜਾਂਦਾ ਹੈ ਤਾਂ ਇਸ ਨੂੰ ਸੱਤ ਟਾਪਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਸੀ ਆਪਣੇ ਕੋਲ ਕਰੈਕਟ ਆਨਸਰ ਬਣੇਗਾ ਨੈਕਸਟ ਆਪਾਂ ਕੁਝ ਹੋਰ ਮਹੱਤਵਪੂਰਨ ਪੁਆਇੰਟ ਦੇਖ ਲੈਣੇ ਪਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਸੂਤੀ ਕੱਪੜਿਆਂ ਦੀ ਰਾਜਧਾਨੀ ਮੁੰਬਈ ਪਾਰਤ ਦਾ ਹਾਲੀਵੁੱਡ ਤਾਂ ਆਨਸਰ ਹੋਵੇਗਾ ਮੁੰਬਈ ਪਾਰਤ ਦਾ ਮਾਂਚੈਸਟਰ ਤਾਂ ਆਨਸਰ ਹੋ ਜਾਵੇਗਾ ਅਹਮਦਾਬਾਦ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਨੈਕਸਟ 2011 ਦੀ ਜਨਗਣਨਾ ਦੇ ਅਨੁਸਾਰ ਪਾਰਤ ਦੀ ਵਸੂ ਕਨਤਾ ਕਿੰਨੀ ਹੈ हां जी ਇਸ ਤਾਂ ਆਪਣੇ ਕੋਲ ਸਹੀ ਆਨਸਰ ਬਣੇਗਾ অপਸ਼ਨ ਨੰਬਰ A ਯਾਨੀ ਕਿ 382 ਵਰਗ ਕਿਲੋਮੀਟਰ ਯਾਨੀ ਕਿ 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ 382 ਲੋਕ ਰਹਿੰਦੇ ਹਨ ਇਸ ਦਾ मीनिंग ਹੁੰਦਾ ਹੈ ਵਸੂ ਯਾਨੀ ਕਿ ਵਰਗ ਵਸੂ ਕੰਤਾ ਦਾ मीनिंग ਹੁੰਦਾ ਹੈ ਕਿ 1 ਕਿਲੋਮੀਟਰ ਦੇ ਦਾਇਰੇ ਵਿੱਚ ਕਿੰਨੇ ਲੋਕ ਰਹਿੰਦੇ ਹਨ ਤਾਂ ਆਨਸਰ ਹੋ ਜਾਵੇਗਾ 382 ਯਾਨੀ ਕਿ 2011 ਦੀ ਜਿਹੜੀ ਜਾਣਗੰਨਾ ਹੋਈ ਸੀਗੀ ਤਾਂ ਇਸ ਦੇ ਅਨੁਸਾਰ ਜਿਹੜੀ ਪਾਰ ਦੀ ਵਸੂ ਕੰਤਾ ਉਹ ਹੈ 382 ਵਰਗ ਕਿਲੋਮੀਟਰ A ਆਪਣੇ ਕੋਲੋਂ ਕਰੈਕਟ ਆਨਸਰ ਬਣੇਗਾ ਤਾਂ ਹੁਣ ਆਪਾਂ ਲਾਸਟ ਤੇ ਕੁਝ ਹੋਰ ਮਹੱਤਵਪੂਰਨ ਪੁਆਇੰਟ ਦੇਖ ਲੈਂਦੇ ਹਾਂ ਜੀ ਸੈਕਸ ਰੇਸ਼ਿਓ ਕਿੰਨੀ ਆ ਯਾਨੀ ਕਿ ਲਿੰਗਨ ਪਾਤ 943 ਨੈਕਸਟ ਆਪਾਂ ਦੇਖਦੇ ਹਾਂ ਸੈਕਸ ਰੇਸ਼ਿਓ ਦਾ मीनिंग ਹੁੰਦਾ ਹੈ ਕਿ ਇੱਕ ਯਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਕਿੰਨੀ ਹੈ ਇਸ ਤੋਂ ਬਾਅਦ ਲਿਟਰੇਸੀ ਜਿਹੜਾ ਰੇਟ ਹੈ ਆਪਣੇ ਇੰਡੀਆ ਦਾ ਉਹ ਹੈ 74.5% ਹੈ ਐਂਡ ਉਦੋਂ ਵਾਰ 11 ਦੀ ਜਾਣਕਾਰੀ ਅਨੁਸਾਰ ਆਪਣੇ ਜਿਹੜੇ ਪਾਰਤੀ ਕੋਲ ਜਿਲੇ ਹਨ ਟੋਟਲ ਡਿਸਟ੍ਰਿਕਟ ਉਹ ਹਨ 640 ਇਸ ਤਰ੍ਹਾਂ ਸਭ ਤੋਂ ਵੱਧ ਪੜਿਆ ਲਿਖਾ ਰਾਜ ਕਿਹੜਾ ਹੈ ਤਾਂ ਆਂਸਰ ਹੋ ਜਾਵੇਗਾ ਕੇਰਲ ਐਂਡ ਸਭ ਤੋਂ ਘੱਟ ਪੜਿਆ ਲਿਖਾ ਰਾਜ ਹੈ ਬਿਹਾਰ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਇਸ ਤਰ੍ਹਾਂ ਲੋਏਸਟ ਜਿਹੜੀ ਸੈਕਸ ਰੇਸ਼ਿਓ ਹੈ ਇਹ ਹੈ ਹਰਿਆਣਾ ਰਾਜ ਦੀ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਐਂਡ ਸਭ ਤੋਂ ਵੱਧ ਸੈਕਸ ਰੇਸ਼ਿਓ ਕਿਹੜੇ ਰਾਜ ਦੀ ਹੈ ਤਾਂ ਆਂਸਰ ਹੋ ਜਾਵੇਗਾ ਕੇਰਲ ਦੀ ਸੋ ਇਹਨਾਂ ਗੱਲਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫ ਲੱਗੀ ਹੋਵੇਗੀ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਣਾ ਹੈ ਐਂਡ ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਜ਼ਰੂਰ ਪ੍ਰੈਸ ਕਰ ਲੈਣਾ ਹੈ ਤਾ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਵਾ ਇਸ ਸਾਲ ਦੇ ਪੀਏ ਸਟੱਟ ਪੇਪਰ 1 ਐਂਡ 2 ਨੂੰ ਟਾਰਗੇਟ ਰੱਖਦੇ ਹੋਏ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ ਸੋ ਜਿਨ੍ਹਾਂ ਵਿਦਿਆਰਥੀਆਂ ਨੇ ਵੀਡੀਓਜ਼ ਨੂੰ ਨਹੀਂ ਦੇਖਿਆ ਤਾਂ ਤੁਸੀਂ ਚੈਨਲ ਦੀ ਪਲੇ ਲਿਸਟ ਦੇ ਵਿੱਚ ਵਿਜ਼ਿਟ ਕਰਕੇ ਦੇਖ ਸਕਦੇ ਹੋ ਉੱਥੇ ਤੁਹਾਨੂੰ ਸਾਰੀਆਂ ਹੀ ਵੀਡੀਓਜ਼ ਮਿਲ ਜਾਣਗੀਆਂ ਸੋ ਇਗਜ਼ਾਮ 'ਚ ਜਾਣ ਤੋਂ ਪਹਿਲਾਂ ਉਹਨਾਂ ਵੀਡੀਓਜ਼ ਨੂੰ ਵੀ ਤੁਸੀਂ ਇੱਕ ਤੋਂ ਦੋ ਵਾਰ ਜ਼ਰੂਰ ਦੇਖ ਲੈਣਾ ਹੈ ਤਾਂ ਜੋ ਇਗਜ਼ਾਮ 'ਚ ਤੁਹਾਡੀ ਹੈਲਪ ਹੋ ਸਕੇ ਇਸ ਤੋਂ ਲੋਬਾ ਤੁਸੀਂ ਮੈਨੂੰ ਇੰਸਟਾ ਤੇ ਫੋਲੋ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਤਾਂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸ ਨੈਕਸਟ ਵੀਡੀਓ ਦੇ ਵਿੱਚੋਂ ਥੈਂਕ ਯੂ